ਬਾਬਾ ਜੀ ਬਹੁਤ ਜਲਦ ਤੁਹਾਨੂੰ ਆਪਾਂ ਮਿਲਣਾ ਪਾਕਿਸਤਾਨ ਲਾਹੌਰ ਦੇ ਵਿੱਚ ਲੈ ਕਿੱਦਾਂ ਹੀ ਨਾ ਮੋਟਰਸਾਈਕਲ ਤੇ ਕਦੇ ਕਾਰ ਤੇ ਲਾਹੌਰ ਆ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਵਾਹ ਜੀ ਵਾਹ ਕਿਆ ਜੀ ਬਿਨਾ ਤੇਲ ਬਿਨ ਬੱਤੀਓ ਦੀਵਾ ਕਿੱਥੇ ਜਗਦਾ ਏ ਬੰਦ ਅੱਖਾਂ ਨਾਲ ਮੇਰਾ ਕਾਰ ਨੂੰ ਕਿੱਦਾਂ ਟੋਲੀਦਾ ਹੈ ਰੋਡ ਦੇ ਵਧੀਆ ਬਣ ਕੇ ਆ ਜਾ ਰੋਡ ਦੇ ਵਧੀਆ ਬਣ ਕੇ ਆ ਜਾ ਓਏ ਛਲ ਸਮੁੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ ਨਾ ਮਸਜਿਦ ਦੀ ਤੇ ਨਾ ਮੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ ਗੱਲ ਸੁਣਾ ਦੇ ਓ ਅੰਦਰ ਦੀ ਓ ਬੁੱਲਿਆ ਰੱਬ ਕਹੋ ਨਾ ਕਹੋ ਬੁੱਲਿਆ ਰੱਬ ਕਹੋ ਨਾ ਕਹੋ ਆਈ ਸੂਰ ਤੂੰ ਸੱਚਾ ਹੋ ਗੱਲ ਸਮਝ ਲਈ ਤੇ ਰੌਲਾ ਕੀ ਫਿਰ ਰਾਮ ਰਹੀਮ ਤੇ ਮੌਲਾ ਕੀ ਇਸੇ ਹੀ ਜੇ ਆਪਾਂ ਗੱਲ ਕਰਦੇ ਹਾਂ ਵੀ ਬਾਬੇ ਬੁੱਲੇ ਸ਼ਾਹ ਤੋਂ ਦੀ ਸ਼ਾਇਰੀ ਦੀ ਸ਼ੁਰੂ ਕਰੀਏ ਅਤੇ ਸਾਬਰ ਲਈ ਸਾਬਰ ਬਾਬਾ ਜੀ ਨਜ਼ਮੀ ਇੱਕ ਸੂਫੀਆਨਾ ਰੰਗ ਇੱਕ ਉਹ ਸੋਚ ਜਿਹੜੀ ਉਹ ਗੱਲਾਂ ਜਿਹੜੀਆਂ ਅੰਦਰ ਤੋਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਪੈਸੇ ਨਾਲ ਨਹੀਂ ਕਮਾਈਆਂ ਜਾਂਦੀਆਂ ਜਿਹੜੀਆਂ ਇਨਸਾਨ ਦੇ ਅੰਦਰ ਜਿਹੜੀਆਂ ਰੂਹਾਨੀਅਤ ਆ ਉਹਦੇ ਅੰਦਰ ਦਾ ਜਿਹੜਾ ਇਨਸਾਨ ਆ ਉਹਦੀਆਂ ਉਹ ਗੱਲਾਂ ਜਿਹੜੀਆਂ ਸੁਣ ਕੇ ਇਨਸਾਨ ਦੇ ਅਮਲ ਪੰਜਾਬੀ 'ਚ ਗੱਲ ਕਰਦੇ ਲੂੰਹ ਕੰਡੇ ਜਿਹੇ ਨਾਲ ਖੜੇ ਹੋ ਜਾਂਦੇ ਉਹ ਗੱਲਾਂ ਕਰਨ ਵਾਲੀ ਸ਼ਖਸੀਅਤ ਜਿਹੜੀਆਂ ਬਾਬਾ ਨਜ਼ਮੀ ਕਰਦਾ ਬਾਬਾ ਬੁੱਲੇ ਸ਼ਾਹ ਨੇ ਕੀਤੀਆਂ ਬਹੁਤ ਸਾਰੇ ਸੂਫੀਆ ਗ੍ਰਾਮ ਉਹਨਾਂ ਦੇ ਰੰਗ ਵਿੱਚ ਜੇ ਆਪਾਂ ਉਹ ਰੰਗ ਵੇਖਣਾ ਹੋਵੇ ਤਾਂ ਆਪਾਂ ਕੰਵਰ ਗਰੇਵਾਲ ਨੂੰ ਵੇਖਦੇ ਹਾਂ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਵੇਖਿਆ ਜਾਂਦਾ ਤੁਹਾਨੂੰ ਮੈਂ ਬਹੁਤਾ ਵੱਡਾ ਬੋਲ ਨਹੀਂ ਵੀ ਜਿਵੇਂ ਪੀਰਾਂ ਤਰ੍ਹਾਂ ਮੰਨਦੇ ਆ ਲੋਕ ਨਾ ਇੰਨਾ ਪਿਆਰ ਕਰਦੇ ਆ ਇੰਨਾ ਸਤਿਕਾਰ ਦਿੰਦੇ ਇੱਜ਼ਤ ਦਿੰਦੇ ਇੰਨਾ ਮਾਣ ਦਿੰਦੇ ਆ ਵੀ ਤੁਸੀਂ ਇੱਕ ਵਾਰੀ ਫਿਜ਼ੀਕਲੀ ਜਾਓਗੇ ਤਾਂ ਫਿਰ ਹੀ ਤੁਹਾਨੂੰ ਅਹਿਸਾਸ ਹੋਏਗਾ ਮਹਿਸੂਸ ਹੋਏਗਾ ਉਹ ਰਾਮ ਰਹੀਮ ਦੇ ਉੱਤੇ ਉੱਠ ਕੇ ਇਨਸਾਨੀਅਤ ਦੀ ਗੱਲ ਕਰਨ ਵਾਲੇ ਗਾਇਕ ਨਹੀਂ ਆਪਾਂ ਕਹਿ ਸਕਦੇ ਉਹ ਰੱਬ ਦੇ ਬੰਦੇ ਉਹ ਅੱਲਾਹ ਦੇ ਬੰਦੇ ਸਾਡੇ ਨਾਲ ਮੌਜੂਦ ਨੇ ਕੰਵਰ ਗਰੇਵਾਲ ਜੀ ਸਾਡੀ ਬੜੀ ਖੁਸ਼ਕਿਸਮਤੀ ਕਿ ਅਸੀਂ ਇੱਥੇ ਇਸ ਕਾਬਲ ਨਹੀਂ ਹਾਂ ਲੇਕਿਨ ਉਹਨਾਂ ਦੇ ਕੋਲ ਬੈਠੇ ਹਾਂ ਪਾਕਿਸਤਾਨ ਤੋਂ ਸਾਡੀ ਟੀਮ ਪੰਜਾਬੀ ਲਹਿਰ ਦੀ ਸਪੈਸ਼ਲ ਇਹਨਾਂ ਵਾਸਤੇ ਪਹੁੰਚੀ ਇੱਥੇ ਵੀ ਇਹਨਾਂ ਨੂੰ ਦੁਬਈ ਦੇ ਵਿੱਚ ਅੱਜ ਆਏ ਨੇ ਇਹਨਾਂ ਨਾਲ ਕਵਰ ਕੀਤਾ ਜਾਏ ਇਹਨਾਂ ਨਾਲ ਗੱਲ ਕੀਤੀ ਜਾਏ ਸਰ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਨਮਸਤੇ ਸਾਰਾ ਕੁਝ ਵਾਲੇਕੁਮ ਸਲਾਮ ਦੋਸਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਪਿਆਰ ਔਰ ਸਤਿਕਾਰ ਇੱਦਾਂ ਨਾ ਕਹੋ ਤੁਸੀਂ ਕਿ ਅਸੀਂ ਟਾਈਮ ਕੱਢਿਆ ਨਹੀਂ ਤੁਸੀਂ ਸਾਡੇ ਵੱਡੇ ਭਰਾ ਅਤੇ ਸਾਨੂੰ ਵੀ ਇਸ ਗੱਲ ਦਾ ਚਾਅ ਹੁੰਦਾ ਕਿ ਕਦੇ ਸੁਆਬੀ ਮਿਲਿਆ ਹਾਂਜੀ ਤਾਂ ਇਸ ਸੰਗਤ ਦੇ ਜ਼ਰੀਏ ਪਤਾ ਨਹੀਂ ਕਿੰਨੇ ਉਸ ਸ਼ਬਦ ਨੂੰ ਪਿਆਰ ਕਰਨ ਵਾਲੇ ਸੰਗਤ ਜਿਹਨਾਂ ਤੱਕ ਆਪਣੇ ਦੋਵੇਂ ਭਰਾਵਾਂ ਦੀ ਆਵਾਜ਼ ਜਾਊਗੀ ਅਤੇ ਮੇਰੇ ਖਿਆਲ 'ਚ ਉਹਨਾਂ ਨੂੰ ਕਿਤੇ ਨਾ ਕਿਤੇ ਚੈਨ ਦੇਵੇਗੀ ਇਸ ਕਰਕੇ ਇਸ ਵੇਲੇ ਦਾ ਸ਼ੁਕਰ ਹੈ ਕਿ ਆਪਾਂ ਨੂੰ ਜੁੜ ਕੇ ਬਿਠਾਇਆ ਉਹਨੇ ਅਤੇ ਕੁਛ ਚੰਗੀਆਂ ਗੱਲਾਂ ਉਹ ਆਪਾਂ ਮਿੱਠੀਆਂ ਗੱਲਾਂ ਕਰਦੇ ਹਾਂ ਜੀ ਜਿਹੜੀਆਂ ਲੋਕ ਸੁਣਨਾ ਚਾਹੁੰਦੇ ਨੇ ਇੱਕ ਉੱਤੇ ਉੱਠ ਕੇ ਰਿਲੀਜੀਅਨ ਮਜ਼ਮਤ ਉੱਤੇ ਉੱਠ ਕੇ ਉਹ ਮੈਂ ਕਹਿੰਦਾ ਮੇਰੇ ਕੋਲ ਹੁਣ ਅਲਫਾਜ਼ ਉਹ ਮੈਂ ਕਿਸ ਤਰ੍ਹਾਂ ਉਹਨਾਂ ਦੀ ਅਦਾਇਗੀ ਕਰਾਂ ਕਿ ਉਹ ਲੋਕ ਜਿਹੜੇ ਉਸ ਨਜ਼ਰ ਨਾਲ ਵੇਖਦੇ ਨੇ ਤੁਹਾਨੂੰ ਉਸ ਨਜ਼ਰ ਨਾਲ ਉਸ ਜ਼ਿਹਨ ਨਾਲ ਸੁਣਦੇ ਨੇ ਕਿ ਉਹ ਜਿਹੜਾ ਰੰਗ ਇੱਕ ਵੱਖਰਾ ਰੰਗ ਆ ਜਿਹੜਾ ਸੂਫੀਆਨਾ ਰੰਗ ਆ ਉਹਦੇ 'ਚ ਰੰਗੇ ਜਾਂਦੇ ਨੇ ਤੁਹਾਨੂੰ ਸੁਣ ਕੇ ਸੋ ਅੱਜ ਦੀ ਗੱਲ ਆਪਾਂ ਸ਼ੁਰੂ ਕਰਨੀ ਆ ਇਸ ਜਿਹੜਾ ਇਕੱਠ ਹੋਣਾ ਇਸ ਵੇਲੇ ਦੁਬਈ ਦੇ ਵਿੱਚ ਹੋਇਆ ਵਾ ਬੋਲੀਵੁੱਡ ਪਾਰਕ ਦੇ ਵਿੱਚ ਹੋਇਆ ਵਾ ਜਿਹੜਾ ਤੇਰਾ ਪੰਜਾਬ ਨਾ ਮੇਰਾ ਪੰਜਾਬ ਆਪਣਾ ਪੰਜਾਬ ਜਿਹੜਾ ਬੇਗਾਨੇ ਦੇਸ਼ ਦੇ ਵਿੱਚ ਪ੍ਰਦੇਸ਼ ਦੇ ਵਿੱਚ ਆਪਣੇ ਦੇਸ਼ ਦਾ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਆਪਣੇ ਮੁਲਕ ਦਾ ਉਹ ਨਜ਼ਾਰਾ ਆਪਣਾ ਪ੍ਰਦੇਸੀਆਂ ਵਾਸਤੇ ਬਣਾਉਣ ਲਈ WPO ਵਰਲਡ ਪੰਜਾਬੀ ਔਰਗਨਾਈਜੇਸ਼ਨ ਅਤੇ ਸਾਡੇ ਹਰਮਨ ਪਿਆਰੇ ਹਰਮੀਤ ਸਿੰਘ ਜੀ ਨੇ ਪਲੈਨ ਬੀ ਗਰੁੱਪ ਆਫ ਕੰਪਨੀਜ਼ ਨੇ ਮੇਲਾ ਸਜਾਇਆ ਉਹਨਾਂ ਦਾ ਵੀ ਧੰਨਵਾਦ ਸਰ ਇੱਥੋਂ ਦਾ ਪਹਿਲੇ ਤਾਂ ਤੁਸੀਂ ਦੋਵਾਂ ਮੁਲਕਾਂ ਦੇ ਲੋਕ ਇਕੱਠੇ ਹੋਏ ਦੋਵਾਂ ਮੁਲਕਾਂ ਦੇ ਦੋਵਾਂ ਕੌਮਾਂ ਦੇ ਕਈ ਮਜ਼ਹਬਾਂ ਦੇ ਦੋਵਾਂ ਪੰਜਾਬਾਂ ਦੇ ਗਾਇਕ ਵੀ ਇਕੱਠੇ ਹੋਏ ਕਿਸ ਤਰ੍ਹਾਂ ਦਾ ਲੱਗਾ ਬਹੁਤ ਸੋਹਣਾ ਲੱਗਦਾ ਦੋਸਤਾਂ ਹਮੇਸ਼ਾ ਹੀ ਬਹੁਤ ਸੋਹਣਾ ਲੱਗਦਾ ਔਰ ਮੈਂ ਲਾਸਟ ਈਅਰ ਅੱਜ ਮੈਂ ਚੇਤੇ ਕਰ ਰਿਹਾ ਸੀ ਇੱਥੋਂ ਦਾ ਸਾਰਾ ਮਾਹੌਲ ਦੇਖ ਕੇ ਲਾਸਟ ਈਅਰ ਅਸੀਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਟੂਰ ਕੀਤਾ ਤਾਂ ਆਰਿਫ ਲਹਾਰ ਸਾਹਿਬ ਅਸੀਂ ਉਹਨਾਂ ਦੇ ਨਾਲ ਸੀ ਅੱਛਾ ਤਾਂ ਅਸੀਂ ਇੱਕ ਮਹੀਨੇ ਦਾ ਟੂਰ ਕੀਤਾ ਅਤੇ ਉਦੋਂ ਵੀ ਉਹਨਾਂ ਕੋਲ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਸੀ ਤਦ ਸੇਮ ਐਕਸਪੀਰੀਅੰਸ ਜੱਜ ਵੀ ਇੱਦਾਂ ਹੀ ਲੱਗੇ ਕਿ ਬਾਕੀ ਠੀਕ ਹੈ ਇਹ ਦੋਵਾਂ ਵਾਲੀ ਖੇਡ ਹੈ ਨਹੀਂ ਇੱਕੋ ਹੀ ਹੈ ਇੱਕੋ ਹੀ ਤਾਂ ਠੀਕ ਹੈ ਹਾਲਾਤ ਜੋ ਵੀ ਬਣੇ ਪੋਲੀਟੀਕਲ ਬਣੇ ਤਾਂ ਉਹ ਕਿਤੇ ਨਾ ਕਿਤੇ ਮੇਰੀ ਸਮਝ ਤੋਂ ਬਾਹਰ ਦੀਆਂ ਗੱਲਾਂ ਕਿ ਇੱਦਾਂ ਕਿਉਂ ਵਾਪਰ ਰਹੇ ਪਰ ਇਹ ਵੀ ਉਹਦੇ ਪਲੈਨ 'ਚ ਹੀ ਹੈ ਪਰ ਮੈਨੂੰ ਲੱਗਦਾ ਕਿ ਇਹ ਬਹੁਤ ਸੋਹਣੀਆਂ ਘੜੀਆਂ ਸੀ ਜਿਹੜੀਆਂ ਇੱਥੇ ਦਵਾਈ ਮਾਰ ਕੇ ਗਈਆਂ ਸੀ ਤਾਂ ਅੱਗੇ ਤੋਂ ਫਿਰ ਅਰਦਾਸ ਰੱਬ ਮਾਰ ਕੇ ਕਿ ਇੱਦਾਂ ਹੀ ਜੁੜ ਕੇ ਜੇ ਬਹਿੰਦੇ ਰਹੀਏ ਜੁੜਦਿਆਂ 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 ਅਤੇ ਕਦੇ ਜੁੜ ਜਾਈਏ
ਜਿਵੇਂ ਪਹਿਲਾਂ ਜੁੜੇ ਸਾਂ ਆਪਾਂ, ਸਾਡੇ ਬਾਬੇ ਜਿਵੇਂ ਦੱਸਦੇ ਸੀ ਵੀ 47 ਤੋਂ ਪਹਿਲਾਂ ਆਪਾਂ ਸਾਂਝੇ ਵਿਆਹਾਂ 'ਤੇ ਜਾਈਦਾ ਸੀ, ਇਹ ਨਹੀਂ ਸੀ ਹੈਗਾ ਵੀ ਆ ਮੁਸਲਮਾਨ ਜਾਂ ਹਿੰਦੂ ਆ ਸਿੱਖ। ਜਿਹਦੇ ਸ਼ੱਕ ਹੁਣ ਵੀ ਅਸੀਂ ਮਲੇਰਕੋਟਲੇ ਦੇ ਨੇੜੇ ਰਹਿਣਾ ਵੀਰਾਂ ਮੈਂ, ਮਲੇਰਕੋਟਲਾ ਸਾਡੇ ਮੇਰੇ ਪਿੰਡੋਂ ਲਾ ਲਓ ਤੁਸੀਂ ਹਾਰਡਲੀ 7-8 ਕਿਲੋਮੀਟਰ, ਜਿੱਥੇ ਵੀ ਆਪਣੇ ਆਸ਼ਰਮ 'ਚ ਰਹਿੰਦੇ ਤਾਂ ਉੱਥੇ ਮੋਸਟਲੀ ਮੁਹੰਮਦ ਨਾਲ ਜ਼ਿਆਦਾ ਰਹਿੰਦੇ ਆ ਭਰਾ ਸਾਡੇ, ਤਾਂ ਮਿੰਨੀ ਪਾਕਿਸਤਾਨ ਬੋਲਦੇ ਹਾਂ ਅਸੀਂ ਮਲੇਰਕੋਟਲੇ, ਤਾਂ ਉੱਥੇ ਜਦੋਂ ਵੀ ਉੱਧਰੋਂ ਦਾਵਤ ਦਿੰਦੇ ਆ ਅਤੇ ਵਿਆਹ ਸ਼ਾਦੀਆਂ 'ਤੇ ਪਾਕਿਸਤਾਨ ਨੂੰ ਆਉਂਦੇ ਆ ਸੱਜਣ ਮਿੱਤਰ ਭੈਣ ਭਰਾ, ਤਾਂ ਜਿਹੜੇ ਇਹਨਾਂ ਗੀਤਾਂ ਨੂੰ ਸੁਣਦੇ ਆ ਉਹ ਫਿਰ ਕੁਟੀਆ ਆ ਜਾਂਦੇ ਆ ਬਚ ਕੇ ਵੀ ਜੇ ਕਮਰੇ ਇੱਥੇ ਨੇੜੇ ਹੀ ਰਹਿੰਦੇ, ਤਾਂ ਮੈਂ ਮਹਿਸੂਸ ਕਰ ਸਕਦਾ ਕਿ ਜਦੋਂ ਮਿਲਦੇ ਆ ਤਾਂ ਉਹਨਾਂ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਕਿ ਕਿਹੜੇ ਇਸ਼ਕਣਾ ਹੈ, ਤਾਂ ਕਿਹੜੇ ਜ਼ੌਕ ਨਾਲ। ਜੀ ਜੀ ਬਿਲਕੁਲ, ਤਾਂ ਹਮੇਸ਼ਾ ਹੀ ਰਹਿੰਦਾ ਕਿ ਇੱਦਾਂ ਦੀ ਬਸ ਪਰਿਵਾਰਾਂ ਜਾਂ ਵੀ ਰਹੀਏ ਬਸ ਫੈਮਿਲੀ ਦੇ ਨਾਲ। ਜੀ ਅੱਛਾ ਕਮਰ ਜੀ, ਇਸ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਆ ਈਵੈਂਟ ਇੱਥੇ ਔਰਗਨਾਈਜ਼ ਕੀਤਾ ਗਿਆ, ਕਿਆ ਅਸੀਂ ਇਸ ਤਰ੍ਹਾਂ ਦੇ ਈਵੈਂਟ ਲਾਹੌਰ ਦੇ ਵਿੱਚ, ਅੰਮ੍ਰਿਤਸਰ 'ਚ, ਬਠਿੰਡੇ, ਚੰਡੀਗੜ੍ਹ ਜਾਂ ਨਲੈਣਪੁਰ 'ਚ ਆ ਕੇ ਆਪਾਂ ਇਨ ਫਿਊਚਰ ਲਾ ਸਕਦੇ ਹਾਂ? ਜੀ ਬੇਸ਼ੱਕ ਲੱਗਣੇ ਚਾਹੀਦੇ ਆ। ਜੀ ਬਿਲਕੁਲ ਲੱਗਣੇ ਚਾਹੀਦੇ ਆ, ਬਸ ਰੌਲਾ ਇਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਨਾ ਗੁਰਦੁਆਰੇ ਮੰਦਰਾਂ ਮਸੀਤਾਂ ਵਾਲੀ ਗੇਮ ਤੋਂ ਉੱਪਰ ਉੱਠ ਕੇ, ਜਿਵੇਂ ਸ਼ੁਰੂ 'ਚ ਤੁਸੀਂ ਲਫ਼ਜ਼ ਵਰਤੇ ਸੀਗੇ ਮਜ਼ਹਬਾਂ ਤੋਂ, ਤਾਂ ਉੱਪਰ ਉੱਠ ਕੇ ਸੋਚਣਾ ਤੋਂ ਉੱਪਰ ਉੱਠ ਕੇ, ਜੇ ਇਹ ਖੇਡਾਂ ਉੱਪਰ ਦੀਆਂ ਹੀ ਹੈ, ਜਦੋਂ ਤੱਕ ਉੱਥੇ ਹੀ ਫਸੇ ਪਏ ਹਾਂ ਕਿ ਆਹ ਅਮੀਰ ਹੈ ਅਤੇ ਆਹ ਗਰੀਬ ਹੈ, ਆਹ ਵੱਡਾ ਹੈ ਆਹ ਛੋਟਾ ਹੈ, ਆਹ ਗੋਰਾ ਆਹ ਕਾਲਾ ਹੈ, ਆਹ ਹਿੰਦੂ ਆ ਸਿੱਖ ਆ ਮੁਸਲਮਾਨ ਆ ਮੰਦਰ ਹੈ ਮਸੀਤ ਹੈ ਗੁਰਦੁਆਰਾ, ਉੱਪਰ ਉੱਠ ਕੇ ਬਸ ਇੱਕ ਸਕੂਲ ਸਮਝੀਏ ਕਿ ਠੀਕ ਹੈ ਮੁਸਲਮਾਨ ਭਰਾ ਇੱਕ ਮਸਜਿਦ ਹੈ ਇੱਕ ਸਕੂਲ ਆ, ਉੱਥੋਂ ਆਪਣੀ ਐਜੂਕੇਸ਼ਨ ਲੈ ਰਿਹਾ, ਇਸ ਤਰ੍ਹਾਂ ਚਲੋ ਮੈਂ ਸਿੱਖ ਦੇ ਘਰੇ ਜਾਂ ਮੈਂ ਤਾਂ ਮੈਂ ਗੁਰਦੁਆਰੇ ਤੋਂ ਆਪਦੀ ਐਜੂਕੇਸ਼ਨ ਲੈ ਰਿਹਾ, ਤਾਂ ਬਸ ਇੱਕ ਐਜੂਕੇਸ਼ਨ ਦੇ ਪਾਰਟ ਵਿਊ ਤੋਂ ਦੇਖੀਏ, ਅਤੇ ਉਸ ਤੋਂ ਬਾਅਦ ਬੈਠ ਕੇ ਡਿਸਕਸ਼ਨ ਇਕੱਠੇ ਕਰੀਏ। ਮੈਂ ਪੁੱਛਾਂ ਯਾਰ ਵੀ ਅੱਜ ਮੁਹੰਮਦ ਸਾਹਿਬ ਨੇ ਤੁਹਾਨੂੰ ਕੀ ਕਿਹਾ, ਕੋਈ ਮੁਹੰਮਦ ਵੀਰ ਮੇਰਾ ਮੇਰੇ ਕੋਲ ਲੰਘ ਰਿਹਾ ਤਾਂ ਮੈਨੂੰ ਪੁੱਛਾਂ ਕਿ ਅੱਜ ਯਾਰ ਤੁਸੀਂ ਹੁਣ ਜੇ ਨਮਾਜ਼ ਅਦਾ ਕਰਕੇ ਆਏ ਤੂੰ ਕੀ ਸਿੱਖਿਆ ਲਈ, ਤੂੰ ਅੱਜ ਕੀ ਐਜੂਕੇਸ਼ਨ ਦਿੱਤੀ ਹੈ ਮੁਹੰਮਦ ਸਾਹਿਬ ਨੇ, ਤਾਂ ਮੈਨੂੰ ਪੁੱਛੇ ਕਿ ਯਾਰ ਜੇ ਤੁਸੀਂ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਆਏ ਤਾਂ ਅੱਜ ਬਾਬਾ ਜੀ ਨੇ ਕੀ ਫਰਮਾਨ ਦਿੱਤਾ, ਤਾਂ ਮਸਲਾ ਤਾਂ ਇਸ ਤਰ੍ਹਾਂ ਦਾ, ਜਦੋਂ ਉਸ ਨਜ਼ਰੀਏ ਨਾਲ ਉਸ ਸੋਚ ਨਾਲ ਉਸ ਤਬੀਅਤ ਨਾਲ ਬੈਠਾਂਗੇ ਜੁੜ ਕੇ ਤਾਂ ਫਿਰ ਇਸ ਤਰ੍ਹਾਂ ਦੇ ਸਮਾਗਮ ਹੋਣਗੇ, ਔਰ ਉਹ ਫਿਰ ਬੜੇ ਨੈਚੁਰਲ ਜਿਹੇ ਪ੍ਰੋਸੈਸ ਨਾਲ ਹੋਣਗੇ, ਉਹ ਕੋਈ ਡਿਜ਼ਾਈਨ ਨਹੀਂ ਕਰਨੇ ਪੈਣਗੇ, ਉਹ ਪ੍ਰੀ ਪਲੈਨ ਉਹ ਸਕ੍ਰਿਪਟ ਨਹੀਂ ਹੋਊਗੀ, ਇੱਕ ਵਹਾਅ ਹੋਊਗਾ ਕਿ ਜਿਹੜਾ ਫਿਰ ਬਸ ਸਾਡੀ ਨੀਅਤ 'ਚੋਂ ਸਾਡੇ ਅੰਦਰੋਂ ਹੀ ਆਊਗਾ ਜਿਹੜਾ, ਅਤੇ ਉਹ ਫਿਰ ਅਸਰ ਵੀ ਕਰਦਾ, ਸਕ੍ਰਿਪਟਾਂ ਅਸਰ ਨਹੀਂ ਕਰਦੀਆਂ, ਜੋ ਅੰਦਰੋਂ ਹੈ ਉਹੀ ਹੈ। ਕਈ ਵਾਰੀ ਦੇਖਿਆ ਬੜੀ ਤਿਆਰੀ ਵਾਲੇ ਸਿੰਗਰ ਹੁੰਦੇ ਤਾਂ ਪਰ ਇੱਕ ਬੜਾ ਸਿੱਧਾ ਸਿੱਧਾ ਜਿਹਾ ਗਾਉਣ ਵਾਲੇ ਗਵਈਏ ਹੁੰਦੇ ਆ ਅਤੇ ਉਹਨਾਂ ਦੇ ਸਵਰ 'ਚ ਅਸਰ ਹੁੰਦਾ, ਇੱਕ ਵਾਰੀ ਲੋਕ ਅੰਡੇ ਖੜ੍ਹੇ ਕਰਦੇ ਆ ਬੜਾ ਸਿੱਧਾ ਸਿੱਧਾ ਜਿਹਾ ਗਾ ਕੇ। ਆਪਾਂ ਬਾਰਡਰਾਂ 'ਚ ਵੈਸੇ ਤਾਂ ਜੇ ਆਪਾਂ ਸੂਫੀਆਂ ਨਾਲ ਗੱਲ ਕਰੀਏ ਤਾਂ ਬਾਰਡਰਾਂ ਜਾਂ ਮੁਲਕਾਂ ਵਾਲੀ ਤਾਂ ਗੱਲ ਹੈ ਹੀ ਨਹੀਂ, ਉਹ ਤੋਂ ਮਜ਼ਹਬਾਂ ਤੋਂ ਵੀ ਉੱਤੇ ਦੀ ਉੱਠ ਕੇ ਬਾਰਡਰ ਦੂਰ ਰਹਿੰਦੇ। ਵੈਸੇ ਸਾਡੀ ਆਵਾਮ ਜਿਹੜੀ ਆ ਤੁਸੀਂ ਕੀ ਵੇਖਦੇ ਹੋ ਵੀ ਚੜ੍ਹਦੇ ਪੰਜਾਬ ਰਹਿਣ ਵਾਲੀ ਆਵਾਮ ਜਾਂ ਉੱਧਰ ਦੀ ਆਵਾਮ ਦਾ ਆਪਸ ਦੇ ਵਿੱਚ ਲੋਕ ਤੁਹਾਡੀ ਗੱਲਬਾਤ ਹੁੰਦੀ ਹੈ, ਐਕਸਚੇਂਜ ਹੁੰਦਾ ਵੇ, ਆਪਾਂ ਕੀ ਸੋਚਦੇ ਹਾਂ ਇੱਕ ਦੂਜੇ ਦੇ ਮੁਲਕਾਂ ਦੇ ਬਾਰੇ 'ਚ? ਕੰਟਰੀ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ 550 ਸਾਲ ਦਾ, ਹਾਂਜੀ, ਤਾਂ ਬਹੁਤ ਸਾਰੇ ਸੱਜਣ ਮੇਰੇ ਪਿੰਡਾਂ ਦੇ ਜਿਹੜੇ ਨਨਕਾਣਾ ਸਾਹਿਬ ਜਾ ਕੇ ਮੱਥਾ ਟੇਕ ਕੇ ਆਏ, ਤਾਂ ਬੜੇ ਸੱਜਣ ਆ ਕੇ ਨਾ ਜਿਵੇਂ ਹੁਣ ਪੇਂਡੂ ਸੁਭਾਅ ਖੁੱਲੀਆਂ ਜਿਹੀਆਂ ਗੱਲਾਂ ਬੋਲਦੇ ਆ, ਉਹ ਕੋਈ ਬਾਹਲਾ ਜਿਹੜੀ ਉਹਨਾਂ ਨੂੰ ਕੋਈ ਬਣਾ ਕੇ ਜਿਹੀ ਗੱਲ ਕਹਿਣੀ ਹੁੰਦੀ ਵੀ ਵੱਡੇ ਵੱਡੇ ਲਫ਼ਜ਼ 'ਚ ਬੜਾ ਸਿੱਧਾ ਆ, ਉਹ ਯਾਰ ਕਮਰ ਅਸੀਂ ਤਾਂ ਉੱਥੇ ਗਏ ਯਾਰ ਸਾਥੋਂ ਤੋਂ ਉੱਥੇ, ਕਹਿੰਦਾ ਯਾਰ ਜਿਹੜੇ ਉੱਥੇ ਦੁਕਾਨਾਂ ਵਾਲੇ ਸੀ ਉਹ ਪੈਸੇ ਨਾ ਲੈਣ, ਪੈਸੇ ਜਦੋਂ ਅਸੀਂ ਦੱਸੀਏ ਵੀ ਅਸੀਂ ਬਠਿੰਡੇ ਤੋਂ ਆਏ ਹਾਂ, ਕੋਈ ਦੱਸਿਆ ਮੈਂ ਫਲਾਣੀ ਜਗ੍ਹਾ ਤੋਂ ਆਇਆ, ਕਹਿੰਦਾ ਯਾਰ ਸਾਥੋਂ ਪੈਸੇ ਨਾ ਲੈ, ਹੁਣ ਦੇਖਣ ਨੂੰ ਤਾਂ ਗੱਲ ਇਹ ਸਿੱਧਰੀ ਜਿਹੀ ਗੱਲ ਹੈ ਕਿ ਯਾਰ ਸਾਥੋਂ ਪੈਸੇ ਨਹੀਂ ਲਏ, ਪਰ ਇਹਦੇ ਪਿੱਛੇ ਇੱਕ ਬਹੁਤ ਵੱਡੀ ਗੱਲ ਲੁਕੀ, ਬਹੁਤ ਵੱਡੀ ਗੱਲ ਲੁਕੀ ਪਰ ਵੀ ਕਿੰਨੇ ਸਮੇਂ ਤੋਂ ਲੋਕ ਯਾਰ ਸਾਨੂੰ ਮਿਸ ਕਰ ਰਹੇ ਯਾਰ, ਜਲਦਬਾਜ਼ੀ ਦੇ ਵਿੱਚ ਆਪਦੇ ਪਿਆਰ ਦਾ ਇਜ਼ਹਾਰ ਇਸ ਤਰੀਕੇ ਕਰ ਰਹੇ ਕਿ ਬਸ ਯਾਰ ਮੈਨੂੰ ਪੈਸੇ ਨਹੀਂ ਚਾਹੀਦੇ, ਪੈਸੇ ਨਹੀਂ ਚਾਹੀਦੇ, ਗੱਲ ਕਹਿਣ ਨੂੰ ਤਾਂ ਇੱਕ ਬੜੀ ਛੋਟੀ ਜਿਹੀ ਗੱਲ ਲੱਗਦੀ ਹੈ, ਪਰ ਮੈਨੂੰ ਲੱਗਦਾ ਹੈ ਕਿ ਜੇ ਕਿਤੇ ਉਹ ਬੇਸਿਕਸ ਤੋਂ ਉਸ ਚੀਜ਼ ਨੂੰ ਲੈ ਕੇ ਦਿਲੋਂ ਸੋਚੀਏ ਇਸ ਗੱਲ, ਤਾਂ ਮੈਨੂੰ ਲੱਗਦਾ ਹੈ ਕਿ ਤਰਸੇ ਪਏ ਹਾਂ ਅਸੀਂ ਇੱਕ ਦੂਜੇ, ਤਰਸੇ ਪਏ ਹਾਂ, ਤਾਂ ਜਦੋਂ ਮਾਸ ਨਾਲ ਜੁੜ ਕੇ ਇਸ ਗੱਲ ਨੂੰ ਦੇਖਦੇ ਹਾਂ, ਠੀਕ ਆ ਉੱਪਰਲਾ ਦਬਕਾ ਇੱਕ ਹੋ ਸਕਦਾ ਕਿ ਉੱਥੇ ਬਹੁਤ ਕੁਛ ਚੱਲੀ ਜਾਂਦਾ, ਪਰ ਮੈਨੂੰ ਲੱਗਦਾ ਕਿ ਜਦੋਂ ਅਸੀਂ ਇੱਦਾਂ ਇੱਕ ਪਿੰਡ ਲੈਵਲ 'ਤੇ ਇੱਦਾਂ ਮਿਲਦੇ ਹਾਂ ਸਾਰੇ ਇੱਕ ਦੂਜੇ, ਅਤੇ ਕੋਈ ਹੈ ਹੀ ਨਹੀਂ ਇਸ ਤਰ੍ਹਾਂ ਦੀ ਕੋਈ ਦਵਾਇਤ ਕਿ ਸਾਨੂੰ ਲੱਗਦਾ ਹੋਵੇ ਕਿ ਉਹ ਉੱਧਰ ਲਿਆ ਸੀ। ਬਾਬੇ ਨਾਨਕ ਦੇ ਦਰ 'ਤੇ ਆ ਕੇ ਨਤਮਸਤਕ ਕਦੋਂ ਹੋਣਾ ਅਤੇ ਆਪਣੇ ਫੈਨਸ ਨੂੰ ਕਦੋਂ, ਪਾਕਿਸਤਾਨੀ ਫੈਨਸ ਨੂੰ ਕਦੋਂ ਮਿਲਣਾ? ਦੇਖੋ ਦੁਬਈ ਆਉਣਾ ਵੀ ਮੇਰੇ ਹੱਥ ਨਹੀਂ ਸੀ, ਮੇਰੇ ਬਸ ਨਹੀਂ ਸੀ, ਬਸ ਹਾਂ ਇੱਕ ਮਨ 'ਚ ਜ਼ਰੂਰ ਹੁੰਦਾ, ਹਮੇਸ਼ਾ ਹੀ ਮਨ 'ਚ ਰਹਿੰਦਾ ਕਿ ਜ਼ਰੂਰ ਜਾਈਏ, ਪਰ ਇੱਥੇ ਹੁਣ ਇਹ ਗੱਲਾਂ ਹੁਣ ਇੰਨੀਆਂ ਕੁ ਤਾਂ ਖਰ ਸਮਝ ਆ ਗਈਆਂ ਕਿ ਹੱਥ ਬਸ ਹੈ ਨਹੀਂ, ਬਸ ਅਰਦਾਸ ਜ਼ਰੂਰ ਕਰਦੇ ਹੁੰਦੇ ਹਾਂ ਕਿ ਕਦੇ ਜਾਈਏ ਜ਼ਰੂਰ, ਜਾਈਏ ਨਨਕਾਣਾ ਸਾਹਿਬ ਵੀ ਹੋਰ ਬੜੀਆਂ ਨਾਮ
ਉਦਾਂ ਦੀਆਂ ਪਾਕ ਥਾਵਾਂ ਉੱਥੇ ਬੜੀਆਂ ਜਿਹੜੀਆਂ ਛੋਟੇ ਹੁੰਦੇ ਤੋਂ ਕਿਤਾਬਾਂ 'ਚ ਪੜ੍ਹਦੇ ਹਾਂ, ਕਿਤਾਬਾਂ 'ਚ ਪੜ੍ਹਦੇ ਹਾਂ। ਤਾਂ ਉਹ ਭਾਵੇਂ ਮੁਹੰਮਦ ਸਾਹਿਬ ਉੱਧਰਲੇ ਇਲਮ ਨਾਲ ਰਿਲੇਟਡ ਨੇ, ਭਾਵੇਂ ਗੁਰੂ ਨਾਨਕ ਪਾਤਸ਼ਾਹ ਨਾਲ ਨੇ, ਤਾਂ ਹੋਰ ਵੀ ਬੜੀਆਂ ਇਸ ਤਰ੍ਹਾਂ ਦੀਆਂ ਥਾਵਾਂ ਹੈਗੀਆਂ ਜਿੱਥੇ ਨਤ ਮਤ ਮਸ ਬਹੁਤ ਜੀ ਕਰਦਾ। ਪਰ ਬਸ ਇਹ ਹੈ ਕਿ ਇੱਥੇ ਆ ਕੇ ਹੱਥ ਵਸ ਕੁਛ ਨਹੀਂ, ਜਦੋਂ ਮਾਲਕ ਦੇ ਪਲੈਨ ਨਾਲ ਆਪਣਾ ਪਲੈਨ ਮੈਚ ਕਰੂਗਾ ਓਕੇ ਜ਼ਰੂਰ ਆਵਾਂ। ਵੀ ਬੜੇ ਚਾਅ ਨਾਲ, ਬੜੇ ਚਾਅ ਇਹਨੂੰ ਇਹ ਸੁਧਾਰ ਦੇ ਵਿੱਚ ਦੋਵਾਂ ਮੁਲਕਾਂ ਦੇ ਆਪਸ 'ਚ ਲਿਆਉਣ ਦੇ ਵਿੱਚ ਕੀ ਆਪਾਂ ਜਿਹੜੇ ਆਰਟਿਸਟ ਲੋਕ ਹੈ ਜਾਂ ਆਮ ਓ ਆਮ ਆਪਾਂ ਕੀ ਕਰ ਸਕਦੇ, ਕੀ ਰੋਲ ਪਲੇ ਕਰ ਸਕਦੇ? ਮੈਂ ਇੱਕ ਗੱਲ ਲੋਕਾਂ ਦੇ ਜਿਹਨਾਂ ਦੇ ਵਿੱਚ ਨਫ਼ਰਤ ਹੈ ਨਹੀਂ, ਮੈਂ ਇੱਕ ਗੱਲ ਕਹਿੰਦਾ ਨਾ ਵੀਰੇ ਕਿ ਪੰਜ ਘਰ ਹੈ, ਇੱਕ ਸਾਡੇ ਪੋਲੀਟਿਕਸ, ਇੱਕ ਸਾਡੇ ਗਵਈਏ, ਇੱਕ ਸਾਡੇ ਫਿਲਮ ਮੇਕਰ, ਇੱਕ ਸਾਡੇ ਪਾਕਿਸਤਾਨ ਅਤੇ ਇੰਡੀਆ 'ਚ ਬੈਠੇ ਗੁਰੂ ਘਰਾਂ ਦੇ ਸੇਵਾਦਾਰ, ਅਤੇ ਇੱਕ ਪੰਜਵਾਂ ਮੀਡੀਆ। ਇਹ ਪੰਜ ਘਰ ਇਹੋ ਜਿਹੇ ਹੈ ਕਿ ਜੇ ਆਨੈਸਟਲੀ ਆਪਣਾ ਕੰਮ ਕਰਨਾ ਹੈ ਔਰ ਹਰ ਵੇਲੇ ਪਿਆਰ ਮੁਹੱਬਤ ਦੇ ਸੁਨੇਹੇ ਦੇਣੇ ਤਾਂ ਇੱਕ ਮਿੰਟ ਵੀ ਨਹੀਂ ਲੱਗਣਾ, ਇੱਕ ਮਿੰਟ। ਹਾਂ, ਕਿਤੇ ਨਾ ਕਿਤੇ ਅਸੀਂ ਵੀ ਬੇਈਮਾਨ ਹੋਏ ਪਏ ਹਾਂ, ਕਿਤੇ ਨਾ ਕਿਤੇ ਸਾਡੇ ਆਪਦੇ ਵੀ TRPਾਂ ਦੇ ਮਸਲੇ ਹੈ ਕਿ ਮਸਲੇ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪੰਜ ਡਿਪਾਰਟਮੈਂਟ ਕਿਤੇ ਵਾਕਈ ਸਿਦਕ ਨਾਲ ਜੋ ਅਸੀਂ ਹੁਣ ਗੱਲਾਂ ਕਰ ਰਹੇ ਹਾਂ ਇੱਦਾਂ ਕਿਤੇ ਓਨੈਸਟਲੀ ਇਹ ਗੱਲਾਂ ਕਰ ਲੈਣੇ ਤਾਂ ਟਾਈਮ ਨਹੀਂ ਲੱਗਣਾ, ਟਾਈਮ ਨਹੀਂ ਲੱਗਣਾ। ਗੱਲ ਸੁਨੇਹੇ ਤੱਕ ਹੀ ਹੈ। ਮੈਂ ਤੁਹਾਨੂੰ ਕੋਈ ਗੱਲ ਕਹੀ, ਤੁਸੀਂ ਗਾਹਕ ਗੱਲ ਹੋਰ ਕੀਤੀ, ਜਾਂ ਤੁਹਾਡੇ ਕੋਲ ਕਿਸੇ ਨੇ ਗੱਲ ਕੀਤੀ, ਤੁਸੀਂ ਮੇਰੇ ਕੋਲ ਕੀਤੀ, ਤਾਂ ਗੱਲਾਂ ਦੇ ਮਾਇਨੇ ਵਿਗੜਦੇ ਜਾਂਦੇ, ਗੱਲਾਂ ਦੇ ਮਾਇਨੇ। ਕਈ ਵਾਰੀ ਮੇਰੇ ਮਨ 'ਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ, ਪਰ ਮੈਂ ਜਦੋਂ ਕਿਸੇ ਸੱਜਣ ਨੂੰ ਗੱਲ ਕਹੀ, ਉਹਨੇ ਤੀਜੇ ਖੂਹ ਨੂੰ ਜਾ ਕੇ ਉਹ ਗੱਲ ਕਹੀ ਤਾਂ ਪਾਣੀ ਦਾ ਰੰਗ ਹੀ ਬਦਲ ਗਿਆ, ਪਾਣੀ ਦਾ ਰੰਗ ਹੀ ਬਦਲ ਗਿਆ। ਤਾਂ ਇਸ ਕਰਕੇ ਟਾਈਮ ਨਹੀਂ ਲੱਗਣਾ ਕੁਛ ਵੀ, ਇਹ ਸਾਡੀਆਂ ਆਪਦੀਆਂ ਸਮੱਸਿਆਵਾਂ, ਅਸੀਂ ਓਨੈਸਟਲੀ ਬੜੇ ਵੱਡੇ ਘਰ ਬਹੁਤ ਵੱਡੇ, ਇੱਕ ਪੋਲੀਟਿਕਸ ਕਿਤੇ ਛੋਟੀ ਮੋਟੀ ਗੱਲ ਹੋਈ। ਗੁਰੂਆਂ ਦਾ ਫਰਮਾਨ ਹੈ ਕਿ ਜਦੋਂ ਰਾਜਨੀਤੀ ਕਰੋਗੇ ਤਾਂ ਧਰਮ ਦੀ ਕਸਵੱਟੀ 'ਚ ਤੋਲ ਕੇ ਚੱਲੋ, ਪਰ ਪ੍ਰੋਬਲਮ ਹੁਣ ਕੀ ਆਈ ਪਈ ਹੈ, ਧਰਮ 'ਚ ਰਾਜਨੀਤੀ ਬਣ ਗਈ, ਰਾਜਨੀਤੀ 'ਚ ਧਰਮ ਲੈ ਕੇ ਆਉਣਾ ਸੀ, ਧਰਮ 'ਚ ਰਾਜਨੀਤੀ ਬਣ ਗਈ, ਉਲਟੋ ਹੋ ਗਿਆ। ਕਿੱਡੀ ਵੱਡੀ ਪ੍ਰੋਬਲਮ ਹੈ, ਪ੍ਰੋਬਲਮ ਸੰਗੀਤ ਸੀ ਤਾਂ ਇਹ ਤਾਂ ਹਰੀਦਾਸ ਵਾਂਗੂ ਰੱਬ ਨਾਲ ਮਿਲਣ ਦਾ ਜ਼ਰੀਆ ਸੀ, ਪਰ ਸਾਡੇ ਵਰਗਿਆਂ ਨੂੰ ਠੀਕ ਹੈ ਕਿਰਤ ਦੇ ਕਨਸੈਪਟ ਤੋਂ ਦੇਖੀਏ ਤਾਂ ਬਹੁਤ ਅੱਛੀ ਗੱਲ, ਪਰ ਧੰਦਾ ਹੀ ਬਣ ਗਿਆ। ਪਾਕਿਸਤਾਨ ਦੇ ਜਿਹੜੇ ਆਪਣੇ ਆਰਟਿਸਟ ਨੇ ਗਾਉਣ ਵਾਲੇ ਨੇ ਜਾਂ ਕਿਹੜੇ ਆਰਟਿਸਟ ਨੇ, ਕਿਹੜਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਦਾ? ਮੈਨੂੰ ਇਕੱਲੇ ਨੂੰ ਨਹੀਂ, ਮੈਂ ਸ਼ਰਤ ਲਾ ਕੇ ਕੋਰੇ ਕਾਗਜ਼ 'ਤੇ ਸਾਈਨ ਕਰ ਦਿੰਦਾ, ਨੁਸਰਤ ਫਤਿਹ ਅਲੀ ਖਾਨ ਸਾਹਿਬ ਜੋ ਉਹ ਦੇ ਗਏ ਤਾਂ ਜਾਣੀ ਉਹਨਾਂ ਹੀ ਆਉਣਾ, ਉਹ ਇੱਕੋ ਹੀ ਆਇਆ ਸੀ, ਇੱਕੋ ਹੀ ਆਇਆ, ਉਹ ਇੱਕੋ ਹੀ ਆਇਆ ਸੀ। ਅਤੇ ਮੈਨੂੰ ਲੱਗਦਾ ਕਿ ਉਸ ਬਹਿਰ ਤੋਂ ਮੈਂ ਵੀ ਇੰਡੀਆ 'ਚ ਵੀ ਪਤਾ ਨਹੀਂ ਕਿੰਨੇ ਹਜ਼ਾਰਾਂ ਘਰਾਂ 'ਚ ਰੋਟੀ ਪੱਕ ਰਹੀ ਹੈ, ਸਿਰਫ ਉਸ ਬਹਿਰ ਤੋਂ, ਉਸ ਬਹਿਰ ਤੋਂ ਜੋ ਖਾਨ ਸਾਹਿਬ ਨੇ ਗਾਇਆ, ਜੋ ਉਹਨਾਂ ਦੀ ਜੋ ਲਿਖਤਾਂ ਉਹਨਾਂ ਨੂੰ ਸਾਦਿਕ ਸਾਹਿਬ ਨੇ ਬਰੀ ਨਿਜ਼ਾਮੀ ਉਹਨਾਂ ਨੇ ਦਿੱਤੀ, ਤਾਂ ਬਾਕੀ ਹੋਰ ਬੜੇ ਮੁਨੀਰ ਹੁਸੈਨ ਸਾਹਿਬ ਹਰ ਰੋਜ਼ ਦਾ ਲੜਨਾ ਚੰਗਾ, ਕਦੇ ਪਿਆਰ ਦੀ ਗੱਲ ਵੀ ਕਰੇ, ਬੜੇ ਬਹੁਤ ਬੜੇ ਅਦੀਬੀ ਉੱਧਰ ਫਨਕਾਰ ਬੈਠੇ ਆ, ਅਤੇ ਕਿਆ ਬਾਤ। ਕਮਰ ਜੀ ਟਾਈਮ ਥੋੜ੍ਹਾ ਸਾਡੇ ਕੋਲ ਸ਼ਾਰਟ, ਗੱਲਾਂ ਤਾਂ ਇੰਨੀਆਂ ਦਿਲ ਕਰਦਾ ਵੀ ਕਰੀ ਜਾਈਏ, ਤੁਹਾਡਾ ਵੀ ਟਾਈਮ ਸ਼ੋਰਟ ਅਤੇ ਸਾਡੇ ਮੇਰੇ ਮਨ 'ਚ ਇਹਨਾਂ ਨੂੰ ਮੈਨੂੰ ਕੋਈ ਗੱਲ ਹੀ ਨਹੀਂ, ਬਸ ਠੀਕ ਹੈ ਸਮੇਂ ਦੀ ਜ਼ਰੂਰ ਹੁੰਦੀ ਹੈ, ਸਮੇਂ ਦੀ ਪਰ ਸੱਚੀਆਂ ਜਾਣੀ ਗੱਲਾਂ ਬਹੁਤ ਕਰਦੀਆਂ, ਗੱਲਾਂ ਸੁਣ ਕੇ ਜੀ ਮੇਰਾ ਆਪਦਾ ਜੀ ਕਰਦਾ ਕਿ ਇਹੋ ਜਿਹੀਆਂ ਗੱਲਾਂ ਸੱਚੀ ਤੜਨਾ ਤੜਕਾ ਹੀ ਹੋ ਜਾਏ, ਤੜਕਾ ਹੀ ਹੋ ਜਾਏ, ਗੱਲਾਂ ਮੁੱਕਣੀ ਨਾ, ਇਹੋ ਜਿਹੀਆਂ ਗੱਲਾਂ ਕਰਦੇ ਰਹੀ, ਇੱਕ ਮਨ ਨੂੰ ਇੱਕ ਚੈਨ ਆਉਂਦਾ ਇਸ ਚੀਜ਼ ਨਾਲ, ਤਾਂ ਕਿਤੇ ਨਾ ਕਿਤੇ ਸਾਡੀਆਂ ਜੜ੍ਹਾਂ ਸੱਚੀਆਂ, ਇੱਕ ਠੀਕ ਹੈ ਕੋਈ ਵਕਤੀ ਗੱਲਾਂ ਨਹੀਂ ਹੈ, ਇਹ ਸੱਚੀਆਂ ਮਹਿਸੂਸ ਕਰਦੇ ਹਾਂ ਅਸੀਂ ਕਿ ਤੁਸੀਂ ਸਾਡੇ ਬਹੁਤ ਪਿਆਰੇ ਮਿੱਤਰ ਭਰਾ ਹੋ, ਜਾਂ ਉਹਦੇ ਵਾਸਤੇ ਰਹੋ, ਭਾਵੇਂ ਪਾਕਿਸਤਾਨ 'ਚ ਰਹੋ, ਭਾਵੇਂ ਇੰਡੀਆ 'ਚ ਰਹੋ, ਦੁਬਈ ਰਹੋ, ਪਰ ਬਸ ਇਹ ਹੈ ਕਿ ਹਰ ਵੇਲੇ ਇੱਕ ਦੂਜੇ ਦੀ ਖੈਰ ਮੰਗੀ, ਅਤੇ ਇਹਨਾਂ ਖੈਰਾਂ 'ਚ ਵੀ ਕਦੇ ਕੋਈ ਇਹੋ ਜਿਹਾ ਪਹਿਰ ਆ ਜਾਵੇ ਕਿ ਜਦੋਂ ਵਾਕਈ ਫਿਰ ਅਸੀਂ ਆ ਹੱਦਾਂ ਸਰਹੱਦਾਂ ਵੀ ਸਭ ਬੰਨੇ ਖਤਮ ਹੋ ਜਾਣ, ਅਤੇ ਅਸੀਂ ਇੱਦਾਂ ਹੀ ਮੈਂ ਮੋਟਰਸਾਈਕਲ 'ਤੇ ਕਦੇ ਕਾਰ 'ਤੇ ਲਾਹੌਰ ਆ ਜਾਵਾਂ, ਕਿਸੇ ਨੂੰ ਪੁੱਛਣ ਦੀ ਲੋੜ ਜੀ, ਬਾਬਾ ਜੀ ਬਹੁਤ ਜਲਦ ਤੁਹਾਨੂੰ ਆਪਾਂ ਮਿਲਣਾ ਪਾਕਿਸਤਾਨ ਲਾਹੌਰ ਦੇ ਵਿੱਚ, ਦੇ ਵਿੱਚ ਰੱਬ ਸਾਰਾ ਉਹ ਵਕਤ ਛੇਤੀ ਲਿਆਵੇ, ਅਤੇ ਅਸੀਂ ਬਾਬਾ ਜੀ ਹੋਣਾ ਦੇ ਆਪਣੇ ਤੁਹਾਡੀ ਧਰਤੀ ਸਾਡੀ ਧਰਤੀ ਸਾਂਝੀ ਪੀਰਾਂ ਬਜ਼ੁਰਗਾਂ ਪੈਗੰਬਰਾਂ ਦੀ ਧਰਤੀ ਦਾ ਮੈਂ ਇਕੱਠੇ ਹੋਈਏ ਜੀ ਜੀ ਲਾਜ਼ਮ, ਇਸੇ ਸੁਨੇਹੇ ਇਸੇ ਪੈਗਾਮ ਦੇ ਨਾਲ ਨਾਸੋ ਢਿੱਲੋਂ ਅਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖ। ਗੱਡੀ ਜੀ ਕੋਈ ਹੋਰ ਕਿਸੇ ਦਾ ਚੱਲਦਾ ਨਹੀਂ ਨਾ, ਬਾਬਾ ਕਹਿੰਦੇ ਨਾ ਖੇਡ ਬਾਬਾ, ਹੈ ਬਾਬਾ ਖੇਡਦਾ ਨਾ ਤੁਰ ਸਵਾਰ ਆ।
ਮਾਰ ਰਹੇ ਨੇ ਸਾਨੂੰ ਤਾਰਨਾ ਉਹਨਾਂ ਦਾ ਕਹਿ ਲਓ ਮਿਲਣ ਦਾ ਸ਼ਰਮ ਆ ਗਿਆ ਨਾ ਅਸੀਂ ਇਹਨੂੰ ਵੇਖ ਕੇ ਨਾ ਇਹਨੂੰ ਵੇਖ ਕੇ ਮੈਂ ਆਪਣੇ ਪੁੱਤ ਨੂੰ ਨਾ ਤੁਹਾਡੇ ਗੀਤ ਸੁਣਾਵਾਂ ਆਪਣੇ ਪੁੱਤ ਨੂੰ ਨਾ ਚੇਂਜ ਅੱਗੇ ਵਧਾਉਣਾ ਇੱਕ ਤੁਹਾਡਾ ਗੀਤ ਆ ਨਾ ਕਿ ਜਦੋਂ ਬੰਦੇ ਨੂੰ ਅੱਗੇ ਵਧਣਾ ਪੈਂਦਾ ਫਿਰ ਨੀਂਦਰਾਂ ਜਿਹੜੀਆਂ ਆਰਾਮ ਕਰਨੀਆਂ ਪੈਂਦੀਆਂ ਠੀਕ ਹੈ ਨਾ ਮੈਂ ਆਪਣਾ ਪੁੱਤ ਨੂੰ ਮੈਂ ਆਪਣਾ ਪੁੱਤ ਮੇਰਾ ਪੁੱਤ ਵੀ ਤੁਹਾਡਾ ਕਹਿੰਦਾ ਪੰਜਾਬ ਦਾ ਮੇਰਾ ਦਿਲ ਕਰਦਾ ਤੁਸੀਂ ਮੇਰੀ ਲੈ ਜਾਓ ਚਲੋ ਜੀ ਰੱਬ ਦੇ ਹਵਾਲੇ ਬਾਬਾ ਜੀ ਖੈਰ ਚੰਗਾ ਦਾ ਜਾਓ ਜੁੱਤੇ ਵਸਤੇ